ਮੈਨੂੰ ਸਮਝ ਨਹੀਂ ਆਉਂਦੀ ਕਿ ਸੁਖਬੀਰ ਜੀ ਕੀ ਦੇ ਕਹਿਣ ਤੇ ਇਹੋ ਜਿਹਾਂ ਥਾਮਾਂ ਤੇ ਤੁਰ ਜਾਂਦੇ ਆ ਜਿਹੜਾ ਮਾਈਨਿੰਗ ਵਾਫ ਗਿਆ ਦਾ ਨਾਂ ਜਿਹੜਾ ਚੱਲ ਰਿਹਾ ਹੈ ਨਾ ਅੱਜ ਵੀ ਇਹਨੂੰ ਜਨਮ ਕਿਨੇ ਦਿੱਤਾ ਆਲੇ ਦੁਆਲੇ ਆਲੀਆਂ ਸੂਬੇ ਜਿਹੜੇ ਅਸੀਂ ਸਾਡੇ ਹਰਿਆਣਾ ਲੱਗਦਾ ਸੀਗਾ ਹਿਮਾਚਲ ਲੱਗਦਾ ਸੀ ਜੰਮੂ ਕਸ਼ਮੀਰ ਸੀ ਜਿੱਥੋਂ ਉੱਥੋਂ ਵੀ ਇਹ ਮਾਈਨਿੰਗ ਆਉਂਦੀ ਸੀ ਟਰੱਕ ਆਉਂਦੇ ਸੀਗੇ ਥੋੜੇ ਗੱਲਾਂ ਕਲੀਅਰ ਕਰਦੇ ਜਿਵੇਂ ਸੁਖਬੀਰ ਬਾਦਲ ਨੇ ਕਿਹਾ ਜੀ ਐਨਜੀਟੀ ਦਾ ਹੁਕਮ ਆਗਾ ਇਹ ਨੇੜੇ ਇਹਦੇ ਹੋ ਹੀ ਨਹੀਂ ਸਕਦਾ 5 ਕਿਲੋਮੀਟਰ ਦੇ ਏਰੀਏ 'ਚ। ਦਰਿਆ ਜਿਹੜੇ ਸਾਡੇ ਚੱਲ ਰਿਹਾ ਇਸ ਵੇਲੇ ਸਾਈਡਾਂ ਤੇ ਚੱਲ ਰਿਹਾ। ਰੌ ਮਟੀਰੀਅਲ ਉੱਥੇ ਬਹੁਤ ਆ ਮਾਈਨਿੰਗ ਦਾ ਰੇਤਾ ਬਹੁਤ ਆ। ਸੁਖਬੀਰ ਬਾਦਲ ਦੋ ਥਾਵਾਂ ਦੇ ਉੱਤੇ ਗਏ। ਔਰ ਦੋਵੇਂ ਥਾਵਾਂ ਤੇ ਜਾ ਕੇ ਕਿਹਾ ਕਿ ਧੱਜੀਆਂ ਅੜਾਈਆਂ ਜਾ ਰਹੀਆਂ ਨੇ ਐਨਜੀਟੀ ਦੇ ਹੁਕਮਾਂ ਦੀਆਂ ਧੱਜੀਆਂ ਅੜਾਈਆਂ ਜਾ ਰਹੀਆਂ ਨੇ ਸਾਰੇ ਨਿਜਮਾ ਕਾਨੂੰਨਾਂ ਦੀਆਂ। ਮੈਂ ਇਹ ਸੋਚਦਾ ਆਂ ਕਿ ਕਈ ਵਾਰੀ ਸੁਖਬੀਰ ਜੀ ਦੇ ਜਿਹੜੇ ਮੈਂ ਬਿਆਨ ਵੀ ਪੜ੍ਹੇ ਆ ਜਾਂ ਕੋਈ ਜਿੱਥੇ ਬੋਲੇ ਆ ਮੈਂ ਵੀ ਸੁਣਿਆ ਮੈਨੂੰ ਸਮਝ ਨਹੀਂ ਆਉਂਦੀ ਕਿ ਸੁਖਬੀਰ ਜੀ ਕੀਤੇ ਕਹਿਣ ਤੇ ਇਹੋ ਜਿਹੇ ਥਾਮਾਂ ਤੇ ਤੁਰ ਜਾਂਦੇ ਆ ਨਾ ਕੋਈ ਹੋਮਵਰਕ ਕਰਦੇ ਆ ਨਾ ਉਹ ਵੇਖਦੇ ਆ ਕਿ ਇਹ ਸਾਈਟ ਲੀਗਲ ਸੀ ਜਾਂ ਇਲੀਗਲ ਸੀ ਪਤਾ ਨਹੀਂ ਕਿਹੜੇ ਲੋਕੀ ਉਹਨਾਂ ਨੂੰ ਮਸ਼ਵਰਾ ਦਿੰਦੇ ਔਰ ਉੱਥੇ ਪਹੁੰਚ ਜਾਂਦੇ ਆ ਅਫਸੋਸ ਇਹ ਵੀ ਹੈ ਕਿ ਤੁਸੀਂ 10 ਸਾਲ ਸਰਕਾਰ ਚਲਾਈ ਸੁਖਬੀਰ ਸਿੰਘ ਬਾਦਲ ਦੀਪਤੀ ਮੁੱਖ ਮੰਤਰੀ ਕਾਦੇ ਸੀ ਮੁੱਖ ਮੰਤਰੀ ਸੀ ਕਿਸਮ ਦੇ ਔਰ ਉਨ੍ਹਾਂ ਦੇ ਸਮੇਂ 'ਚ ਉਹਨਾਂ ਨੂੰ ਵੀ ਪਤਾ ਵੀ ਜੋ ਜਿਹੜਾ ਮਾਈਨਿੰਗ ਮਾਫੀਆ ਦਾ ਨਾਂ ਜਿਹੜਾ ਚੱਲ ਰਿਹਾ ਹੈ ਨਾ ਅੱਜ ਵੀ ਇਹਨੂੰ ਜਨਮ ਕਿੰਨੇ ਦਿੱਤਾ ਇਹ ਜਨਮ ਸudar sukhbir singh badal di sarkar ne ਦਿੱਤਾ ਉਸ ਵੇਲੇ ਇਹ ਜਿਹੜਾ ਮਾਫੀਆ ਸੀਗਾ ਇਹ ਸਰਗਰਮ ਰਿਹਾ ਕਿਉਂਕਿ ਸਰਕਾਰ ਨੂੰ ਰੈਵਨਿਊ ਨਹੀਂ ਆਉਂਦਾ ਮਾਫੀਆ ਹੀ ਸਾਰਾ ਕੁਝ ਕਰਦਾ ਸੀ ਔਰ ਦੋ ਨੰਬਰ 'ਚ ਕੰਮ ਚੱਲਦੇ ਸੀ ਸਾਰੇ ਉੱਥੇ ਪਤਾ ਨਹੀਂ ਕਿੰਨੂ ਕਿੰਨੂ ਇਹਦੇ ਵਿੱਚੋਂ ਹਿੱਸਾ ਜਾਂਦਾ ਸੀ ਇਹ ਤੇ ਉਹੀ ਦੱਸ ਸਕਦੇ ਆ ਮੈਨੂੰ ਇਸ ਗੱਲ ਨਹੀਂ ਪਤਾ ਪਰ ਅਸੀਂ ਜਦੋਂ ਦਾ ਮੈਂ ਮੰਤਰੀ ਬਣਿਆ ਜਦੋਂ ਦਾ ਮੇਰੇ ਕੋ ਇਹ ਡਿਪਾਰਟਮੈਂਟ ਆਇਆ ਮੈਂ ਪਹਿਲੋਂ ਮਾਈਨਿੰਗ ਨੂੰ ਚੰਗੀ ਤਰ੍ਹਾਂ ਸਮਝਿਆ ਔਰ ਪਿਛਲੇ ਸਮੇਂ ਤੇ ਵੀ ਛਾਤੀ ਮਾਰੀ ਆਲੇ ਦੁਆਲੇ ਵਾਲੀਆਂ ਸੂਬੇ ਜਿਹੜੇ ਸੀ ਸਾਡੇ ਹਰਿਆਣਾ ਲੱਗਦਾ ਸੀਗਾ ਹਿਮਾਚਲ ਲੱਗਦਾ ਸੀ ਜੰਮੂ ਕਸ਼ਮੀਰ ਸੀ ਜਿੱਥੋਂ ਉੱਥੋਂ ਵੀ ਇਹ ਮਾਈਨਿੰਗ ਆਉਂਦੀ ਸੀ ਟਰੱਕ ਆਉਂਦੇ ਸੀਗੇ ਉੱਥੋਂ ਦੀਆਂ ਪਾਲਸੀਆਂ ਨੂੰ ਚੰਗੀ ਤਰ੍ਹਾਂ ਸਮਝਿਆ ਔਰ ਫੇਰ ਇਸ ਨਤੀਜੇ ਤੇ ਪਹੁੰਚਿਆ ਔਰ ਨਵੀਂ ਪਾਲਸੀ ਬਣਾਈ ਔਰ ਦੋ ਹੀ ਮਸਲੇ ਸੀ ਦਿਮਾਗ 'ਚ ਕਿ ਕਿ ਰੇਤਾ ਮਹਿੰਗੀ ਨਹੀਂ ਹੋਣੀ ਚਾਹੀਦੀ ਮੁੱਖ ਮੰਤਰੀ ਸਾਹਿਬ ਨੇ ਵੀ ਇਹੋ ਦੇਸ਼ ਦਿੱਤਾ ਸੀ ਤਿੱਕੋ ਜਣਾ ਕੋਈ ਜਿਹੜਾ ਸਰਕਾਰ ਨੂੰ ਰੈਵਨਿਊ ਜਿੰਨਾ ਕੋ ਆ ਸਕਦਾ ਉਹ ਵੀ ਆਉਣਾ ਚਾਹੀਦਾ ਬਸ ਉਹ ਗੱਲਾਂ ਕਲੀਅਰ ਕਰਦੇ ਜਿਵੇਂ ਸੁਖਵੀਰ ਬਾਦਲ ਨੇ ਕਿਹਾ ਜੀ ਐਨਜੀਟੀ ਦਾ ਹੁਕਮ ਆਗਾ ਇਹ ਨੇੜੇ ਇਹਦੇ ਹੋ ਹੀ ਨਹੀਂ ਸਕਦਾ 5 ਕਿਲੋਮੀਟਰ ਦੇ ਏਰੀਏ ਡੀਸੈਲਟਿੰਗ ਨਹੀਂ ਹੋ ਸਕਦੀ ਬੜਾ ਟੈਕਨੀਕਲੀ ਸੁਖਵੀਰ ਸਿੰਘ ਬਾਦਲ ਬੋਲ ਸੋ ਟੈਕਨੀਕਲ ਗੱਲਾਂ ਦਾ ਜਵਾਬ ਪਹਿਲਾਂ ਦਿਓ ਗੱਲ ਇਹ ਆ ਜਿਹੜੀ ਸੁਖਵੀਰ ਸਿੰਘ ਬਾਦਲ 5 ਕਿਲੋਮੀਟਰ ਦੀ ਗੱਲ ਕਰਦੇ ਉਹਨਾਂ ਨੂੰ ਸ਼ਾਇਦ ਪਤਾ ਨਹੀਂਗਾ 1 ਕਿਲੋਮੀਟਰ ਜਿੱਥੇ ਪੋਲ ਹੋਵੇ ਉਥੇ ਉਥੋਂ 1 ਕਿਲੋਮੀਟਰ ਤੱਕ ਅਸੀਂ ਮਾਈਨਿੰਗ ਨਹੀਂ ਕਰ ਸਕਦੇ ਔਰ 1 ਕਿਲੋਮੀਟਰ ਤੋਂ ਪਰੇ ਆ ਦੂਜੀ ਡੀਸਿਲਟਿੰਗ ਦੀ ਜਿਹੜੀ ਗੱਲ ਕਰਦੇ ਆ ਤੁਹਾਨੂੰ ਪਤਾ ਅੱਜ ਤੋਂ 2 ਸਾਲ ਪਹਿਲਾਂ ਹੜ ਆ ਗਏ ਸੀ ਔਰ ਹੜ ਆਏ ਸੀ ਔਰ ਉਹਦਾ ਕਾਰਨ ਵੀ ਇਹੋ ਹੀ ਸੀ ਕਿ ਦਰਿਆ ਜਿਹੜੇ ਸਾਡੇ ਚੱਲ ਰਿਹਾ ਇਸ ਵੇਲੇ ਸਾਈਡਾਂ ਤੇ ਚੱਲ ਰਿਹਾ ਰੌ ਮਟੀਰੀਅਲ ਉਥੇ ਬਹੁਤ ਆ ਮਾਈਨਿੰਗ ਦਾ ਰੇਤਾ ਬਹੁਤ ਆ ਸੈਂਟਰ ਦੇ ਵਿੱਚੋਂ ਰੇਤਾ ਉੱਚੀ ਚੜ ਗਈ ਔਰ ਦਰਿਆ ਕਿਤੇ ਸੱਜੇ ਖੱਬੇ ਚੱਲ ਰਿਹਾ ਕੋ ਖੱਬੇ ਚੱਲ ਰਿਹਾ ਔਰ ਸਾਈਡਾਂ ਤੇ ਦਰਿਆ ਦੇ ਜਾਣ ਕਰਕੇ ਜਦੋਂ ਪਾਣੀ ਦੀ ਕੈਪੈਸਿਟੀ ਕਿਉਂਕਿ ਵਿੱਚ ਉੱਚਾ ਹੀ ਪੂਰਾ ਦਰਿਆ ਦਾ ਜਿਹੜਾ ਏਰੀਆ ਸੀ ਉਹ ਪੂਰਾ ਪਾਣੀ ਨਹੀਂ ਸੀ ਲੈ ਸਕਦਾ ਉਹਦੇ ਕਰਕੇ ਸਾਡਾ ਨੁਕਸਾਨ ਹੋਇਆ ਔਰ ਉਦੋਂ ਹੀ ਸੀਐਮ ਸਾਹਿਬ ਨੇ ਇਹ ਉਥੇ ਹੀ ਅਨਾਉਂਸਮੈਂਟ ਕੀਤੀ ਸੀ ਕਿ ਅਸੀਂ ਇਹ ਦਰਿਆਵਾਂ ਦੀ ਡੀਸਿਲਟੀ ਕਰਾਂਗੇ